ਸਾਚੀ ਕਾਲ ਜੀ ਮੈਂ ਭਵਨੀਤ ਕੌਸ਼ਲ ਤੁਸੀਂ ਵੇਖ ਰਹੇ ਹੋ এবੀਪੀ ਸੰਚਾ ਤੇ ਅੱਜ ਨਾਲ ਮੇਰੇ ਨਾਲ ਇੱਕ ਐਸਾ ਟਰਬਨ ਵਾਲਾ ਮੁੰਡਾ ਮੌਜੂਦ ਹੈ ਜਿਸਨੇ ਨਾ ਆਪਣੇ 뮤직 ਦੇ ਨਾਲ ਸਾਨੂੰ ਸਾਲਾਦਰ ਸਾਲਾ ਐਂਟਰਟੇਨ ਕੀਤਾ ਹੈ ਮੈਂ ਇਹ ਕਹਿ ਸਕਦਾ ਕਿ ਕਈ ਦੌਰ ਨੇ ਜਿਹੜੇ ਉਹਨਾਂ ਦੇ 뮤직 ਨੇ ਵੇਖੇ ਨੇ ਤੇ ਕਈ ਗੀਤ ਅੱਜ ਤੱਕ ਸੁਣੇ ਜਾਂਦੇ ਨੇ ਤੇ ਜਦ ਉਹਨਾਂ ਦਾ 뮤직 ਰਿਫਰੈਸ਼ਿੰਗ ਤਰੀਕੇ ਦੇ ਨਾਲ ਪੇਸ਼ ਕੀਤਾ ਜਾਏਗਾ ਤਾਂ ਮਜ਼ਾ ਤਾਂ ਜ਼ਰੂਰ ਆਏਗਾ ਸੁਖਸ਼ਿੰਦਰ ਸ਼ਿੰਦਾ ਜੀ ਮੇਰੇ ਨਾਲ ਮੌਜੂਦ ਸਰ ਵੈਲਕਮ ਟੂ ਸਾਚੀ ਕਾਲ ਪਾਜੀ ਥੈਂਕ ਯੂ ਵੈਰੀ ਮੱਚ ਏ ਵੀਰ ਭੈਣ ਬਜ਼ੁਰਗ ਜੋ ਦੇਖ ਰਹੇ ਸਟੀਵੀ ਨੂੰ तमाम ਦੁਨੀਆ ਨਾਲ ਵਿੱਚ ਇਸ ਨਾਲ ਚੀਜ਼ ਬਲੋਂ ਪਿਆਰ ਪੜੀ ਸੱਸਰੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਕੋਈ ਗੱਲ ਨਹੀਂ ਕੇਰੀ ਹਵੀ ਨਵੀ ਹੋ ਜਾਂਦੀ ਹੈ ਨਾ ਤੁਹਾਨੂੰ ਬੜੀ ਤੇ ਕੋਈ ਗੱਲ ਨਹੀਂ ਅੱਜ ਇਸ ਕਰਕੇ ਹੋਇਆ ਕਿਉਂਕਿ ਮੈਂ ਥੋੜਾ ਜਿਹਾ ਠੀਕ ਨਹੀਂ ਸੀਗਾ ਇਸ ਲਈ ਮੈਂ ਪਾਸ ਗੱਲ ਲੇਟ ਪਹੁੰਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਟ ਸ਼ਿੰਦਾਪਾ ਜੀ ਜਦੋਂ ਸੀ ਤੁਹਾਡਾ 뮤직 ਸੁਣਿਆ ਮੈਂ ਕਹਿ ਸਕਦਾ ਕਿ ਮੈਂ ਸਕੂਲ ਡੇਸ ਕਾਲਜ ਡੇਸ ਤੁਹਾਡੇ 뮤직 ਦੇ ਨਾਲ ਕੱਡੇ ਨੇ ਆਈ ਐਮ ਨਾਟ ਟੈਲਿੰਗ ਯੂਰ ਏਜ ਬਟ ਉਹ ਦੌਰ ਸੀ ਹੈਨਾ ਤਾਂ ਉਸ ਦੌਰ ਨੂੰ ਤੁਸੀਂ ਜੀ ਆਏ ਉਹ ਟਾਈਮ ਜਦ ਛਿੰਦਾ ਦੇ ਗੀਤ ਥਾਂ ਥਾਂ ਵੱਜਦੇ ਸੀ ਉਹ ਅੱਜ ਵੀ ਵੱਜਦੇ ਨੇ ਲੇਨ ਕਮਿੰਗ ਟੂ ਦਿਸ ਦੌਰ ਹਾਊ ਡੂ ਯੂ ਸੀ ਦ ట్రాਨਸਫਰਮੇਸ਼ਨ ਕਿਹੋ ਜੀ ਲੱਗਦੀ ਹੈ ਇਸਾਈਡ ਦੇ ਨੀ ట్రాਨਸਫਰਮੇਸ਼ਨ ਦੇਖੋ ਟਾਈਮ ਦੇ ਨਾਲ एवरीथिंग ਚੇਂजेस ਵਿਦ ਟਾਈਮ ਹੂੰ ਸੋ ਹੁਣ ਜਿਹੜਾ ਵੈਸਟਰਨ ਹੋ ਗਿਆ ਕੰਪਿਊਟਰਾਈਜ਼ ਹੋ ਗਿਆ 뮤ਜ਼ਿਕ ਹੈਨਾ ਇਟਸ ਵੈਰੀ ਆ ਮੀਨ ਇਫ ਯੂ نو ਹਾਊ ਟੂ ਰਨ ਦ ਕੰਪਿਊਟਰ ਕੰਪਿਊਟਰ ਚਲਾਣਾ ਅਨਦਰ ਤੁਸੀਂ 뮤ਜ਼ਿਕ ਬਣਾ ਸਕਦੇ ਆ ਪਲੱਗਇੰਸ ਅਵੇਲੇਬਲ ਹੈ ਆ ਕਿ ਕਿਥੋਂ ਚੱਕਣਾ ਲੂਪਮੈਨ ਆ ਫਲਨਸ ਬਹੁਤ ਸਾਰੇ ਸਾਈਟਸ ਹੈ ਨਾ ਸੋ which is good ਯੰਗਸਟਰਸ ਜੋ ਕਰ ਰਹੇ ਹਨ ਐਂਡ ਆਮ ਵੈਰੀ ਹੈਪੀ ਦੈ ਟ ਡੂਇੰਗ 뮤직 ਬਿਕਾਸ ਦੂ ਵੀ ਗਲੇਆ ਲੋਕੀ ਕਹਿੰਦੇ ਉਹ 뮤직 ਹੋਰਸ ਕਰ ਨਹੀਂ ਮੈਂ ਕਹਿੰਦਾ ਜੋ ਇਹ ਵੀ ਕਰ ਰਹੇ ਇਹ ਵੀ ਬਹੁਤ ਅੱਛਾ ਆ ਕਿਉਂਕਿ ਮੇਨ ਜਿਹੜੀ ਗੱਲ ਆ ਕਿ ਗਲਤ ਚੀਜ਼ਾਂ ਤੋਂ ਬਚੇ ਆ ਜਿਹੜਾ 뮤직 ਤੋਂ ਬਿਊਟੀਫੁਲ ਚੀਜ਼ ਹੀ ਕਿ ਹੈ ਨੀ ਕੋਈ ਦੁਨੀਆਂ 'ਚ ਹਾਂਜੀ ਤੇ ਉਹ ਕ੍ਰੀਏਟ ਕਰਦੇ ਜਦੋਂ ਬੰਦਾ ਕੋਈ ਚੀਜ਼ ਬਣਾਉਂਦਾ ਉਹਨੂੰ ਮਾਣ ਹੁੰਦਾ ਪਿਆ ਆ ਚੀਜ਼ ਮੈਂ ਬਣਾ ਪਵੇਂ ਯਾਰ ਦੋਸਤ ਬਣਾਇਆ ਹੁੰਦਾ ਨਾ ਉਹਨੂੰ ਹੁੰਦਾ ਵੀ ਮੇਰਾ ਯਾਰ ਆ ਇਸੇ ਤੱਕ ਜਦ ਜਿੱਥੋਂ ਮਰਜੀ ਕੋਈ ਗੱਲ ਨਹੀਂ ਯਾਰ ਤੇ ਉਹਨੂੰ ਖੁਸ਼ੀ ਹੋਣੀ ਚਾਹੀਦੀ ਹੈ ਆਪਣੇ ਅਪਰੀਸ਼ੀਏਟ ਕਰਨਾ ਚਾਹੀਦਾ ਬਿਲਕੁਲ ਤੇ ਸ਼ਿੰਦਾ ਬਾਜੀ ਹੁਣ ਤਾਂ ਮੁੰਡਾ ਟਰਬਨ ਵਾਲਾ ਐਲਬਮ ਆ ਰਹੀ ਹੈ ਤੇ ਪਹਿਲਾ ਗੀਤ ਆ ਚੁੱਕਾ ਕंग्रेचुਲੇਸ਼ਨਸ ਫਾਰ 댓 ਐਂਡ ਇਸ ਐਲਬਮ ਲਈ ਕਿੰਨੀ ਕੁ ਐਕਸਾਈਟਮੈਂਟ ਹੈ ਮੈਂ ਕਹਿੰਦਾ ਕਿ ਕਿ ਨਵੇਂ ਦੌਰ ਨੂੰ ਵੀ ਸ਼ਿੰਦਾ ਦਾ ਉਹ 뮤직 ਸੁਣਨ ਨੂੰ ਮਿਲੇਗਾ ਹੈ ਨਾ ਉਹ ਇਦਾਂ ਹੈ ਵੀ ਜੀ ਬਹੁਤ ਕਿਉਂਕਿ 2 ਸਾਲ ਲੱਗੇ ਪਲੈਨਿੰਗ ਚ ਅਸਲ ਚ ਮੈਂ ਐਲਬਮ ਕਾਫੀ ਸਾਲਾਂ ਤੋਂ ਨਹੀਂ ਕੱਢੀ ਸਿੰਗਲ ਸਿਗੇ ਉਹ ਹੈ ਨਾ ਬੈਕਿੰਗ ਮੈਨੂੰ ਲੱਗਦਾ ਸੀ ਕਿ ਰਾਇਲਪਮ ਕੋ ਕਿ ਉਹ ਜਿਸ ਤਰ੍ਹਾਂ ਨਾ ਵਰੀਏਸ਼ਨ 뮤జిక్ ਦੀ ਵਿੱਚ ਹੁਣ ਜਿਸ ਤਰ੍ਹਾਂ ਅਸੀਂ ਗੀਤ ਕੱਢਿਆ ਮੁੰਡਾ ਟਰਬਨ ਵਾਲਾ ਹੈ ਲਿਖਿਆ ਮੇਰੇ ਵੱਡੇ ਵੀਰ ਨੇ ਲੈਜੈਂਡਰੀ ਸਿੰਗਰ ਐਂਡ ਰਾਈਟਰ ਬਲਵੀਰ ਬੋਪਰ ਆਈਜੀ ਨੇ ਕਿਆ ਬਾਤ ਹੈ ਤੇ ਉਹਨਾਂ ਨੇ ਲਿਖਿਆ ਇਹ ਵੀਡੀਓ ਕੀਤਾ ਦਿਲਜੋਤ ਕਰਚਾ ਜੀ ਨੇ ਟੋਰੰਟੋ ਚ ਜੀ ਜੀ ਤੇ ਲੋਕੀ ਪਤਾ ਵੀਡੀਓ ਦੇਖ ਕੇ ਹੈਰਾਨ ਹੋ ਗਏ ਕਿਥੇ ਸ਼ੂਟ ਹੋਇਆ ਉਹ ਕਿ ਪਿੱਛੇ ਕੀ ਹੈ ਮੈਕੋ ਸੀ ਐਨ ਟਾਵਰ ਹੈ ਜਿਹੜਾ ਉਹ ਬਹੁਤ ਮਸ਼ਹੂਰ ਉਹਨਾਂ ਦਾ ਟਾਵਰ ਹੈ ਨਾ ਉਹ ਪਿੱਛੇ ਸਾਰਾ ਦਿਸਦਾ ਹੈ ਤੇਰੇ Towns ਘੁੰਮਦਾ ਹੈ ਇਹ ਮੁੰਡਾ ਟਰਬਨ ਵਾਲਾ ਦੇਸੀ ਕਿ ਉਹ ਦੇ ਵਰਗਾ ਨਹੀਂ ਲੁੱਕ ਅਰਬਨ ਵਾਲਾ ਸੋ ਬਹੁਤ ਖੂਬਸੂਰਤ ਬੋਲ ਲਿਖੇ ਉਹਨਾਂ ਨੇ ਸੋ ਇਹ ਪਹਿਲਾ ਓਪਨਿੰਗ Song ਆ from the track title track ਇਸ ਤੋਂ ਇਲਾਵਾ ਫਿਰ ਬੀਬੀ ਦਿਨਵਾਦ ਜਿਸ ਤਰ੍ਹਾਂ ਹੁਣ ਅਗਲਾ ਗੀਤ ਆਊਗਾ ਜਾਗ ਹੋਈਆ ਜਾਗ ਹੋਈਆ ਉਹ ਲਾਲ ਛੋੜੀ ਵਾਲੀ ਜਿਹਨੇ ਨਾ ਹਮੇਸ਼ਾ ਕਹਿੰਦਾ ਨਾ ਵੀ ਰਾਈਟਰ ਦਾ ਜ਼ਿਕਰ ਹੋਣਾ ਚਾਹੀਦਾ ਬਹੁਤ ਜ਼ਰੂਰੀ ਕਿਉਂਕਿ ਸ਼ੁਰੂ ਰਾਈਟਿੰਗ ਤੋਂ ਹੁੰਦੀ ਗੱਲ ਤੇ ਹੁਣ ਆਪਾਂ ਇਸ ਤੋਂ ਅੱਗੇ ਵਧੀਏ ਉਸ ਤੋਂ ਪਹਿਲਾਂ ਦੋ ਲਾਈਨਾਂ ਹੋ ਜਾਣ ਜੀ ਜੀ ਹੈ ਨਾ ਟਰਬਨ ਵਾਲਾ ਕਿਉਂਕਿ ਹੁਣ ਜਿਸ ਜੈਸ ਜੈਸ ਬਿਲਕੁਲ ਚੱਲ ਰਹੀ ਹੈ ਤਾਂ ਹੁਣ ਆ ਜ਼ਰੂਰੀ ਆ ਤੇਰੇ ਟਾਊਨ 'ਚ ਘੁੰਮਦਾ ਏ ਨਹੀਂ ਮੁੰਡਾ ਟਰਬਨ ਵਾਲਾ ਤੇਰੇ ਟਾਊਨ ਚ ਘੁੰਮਦਾ ਏ ਨਹੀਂ ਮੁੰਡਾ ਤਰਬਨ ਵਾਣਾ ਦੇਸੀ ਕਿਉਂ ਦੇ ਵਰਗਾ ਦੇਸੀ ਆ ਨਹੀਂ ਲੋਕੀ ਅਰ ਬਨਵਾਣਾ ਤੇਰੇ ਟਾਊਨ ਚ ਘੁੰਮਦਾ ਏ ਨਹੀਂ ਮੁੰਡਾ ਤਰਬਨ ਵਾਣਾ ਬਿਲਕੁਲ ਤੇ ਇੱਕ ਚੀਜ਼ ਮੇਰੇ ਦਿਮਾਗ ਦੇ ਵਿੱਚ ਜਿਹੜੀ ਆ ਰਹੀ ਆ ਉਹ ਹੈ ਕਿ ਮੈਂ ਤੁਹਾਨੂੰ ਆਉਂਦਿਆਂ ਨੂੰ ਕਹਿ ਤਾਂ ਦਿੱਤਾ ਕਿ ਮੈਂ ਤੁਹਾਡੇ ਗਾਣੇ ਸਕੂਲ ਤੋਂ ਕਾਲਜ ਤੋਂ ਸੁਣ ਰਹੇ ਆ ਬਟ ਤੁਸੀਂ ਵੀ ਤਾਂ ਯੰਗ ਦਿਖਦੇ ਹੋ ਏ ਕਿਵੇਂ ਹੋ ਰਿਹਾ ਹੈ ਇਹ ਯਾਰ ਸਾਰੇ ਇਹੀ ਪੁੱਛਦੇ ਆ ਮੈਂ ਮੇਰਾ ਕੁਸਟ ਸਵਾਲ ਸਵਾਲ ਇਹੀ ਆ ਦੱਸੋ ਮੈਂ ਤੁਹਾਨੂੰ ਦੱਸੋ ਕਿਹੜੀ ਹੈ ਸਵਾਲ ਇਹ ਹੈ ਵੀ 6 ਵਜੇ ਉੱਠ ਕੇ ਕਿਕੋ ਆ ਜੀ ਜਦੋਂ ਆ ਮੈਂ ਗੱਲ ਕਰਦਾ ਨਾ ਅਗਲਾ ਕਹਿੰਦਾ ਵੀ ਸੌਰੀ ਬਈ ਇਹ ਦੀ ਮੈਂ ਤਾਂ ਹਾਂ ਤੇ ਮੈਂ ਕਹਾਂ 6 ਵਜੇ ਆ ਜਾਓ ਸਵੇਰ ਨੂੰ ਮੈਂ ਦੱਸਦਾਗਾ ਨਾਲ ਬੈਠ ਕੇ ਕਰੋ ਤੁਸੀਂ ਜੋ ਕਰਦਾ ਇਸ ਇਟਸ ਅ ਰੂਟੀਨ ਕਿਹੜੀ ਹਾਂਜੀ ਰੂਟੀਨ ਹੈ ਕੀ ਕਰਦੇ ਹੋ ਲਾਈਕ ਐਕਸਰਸਾਈਜ਼ ਸਪੈਸ਼ਲੀ ਐਕਸਰਸਾਈਜ਼ ਨਾਲ ਲਾਈਕ ਯੂ نو ਬੀਇੰਗ ਇਨ ਦਿਸ ਸ਼ੇ ਬੀਇੰਗ ਇਨ ਦਿਸ ਯੂ نو ਔਰਾ ਦੇਖੋ ਪਹਿਲੀ ਤੇ ਗੱਲ ਇਹ ਆ ਜਿੱਦਾਂ ਮੈਂਟਲੀ ਤੁਸੀਂ ਸਹੀ ਹੋਣੇ ਚਾਹੀਦੇ ਹੈ ਨਾ ਖੁਸ਼ਿਆ ਦੇਖੋ ਲਾਈਫਸ ਇਨ ਅਪਸ ਐਂਡ ਡਾਊਨਸ ਯਾ ਨਾ ਇਹ ਤਾਂ ਜ਼ਿੰਦਗੀ ਹੈ ਬਿਲਕੁਲ ਤੁਸੀਂ ਕਿਸ ਤਰ੍ਹਾਂ ਉਹਨਾਂ ਲੈਂਦੇ ਆ ਤੇ ਇਹੀ ਆ ਵੀ ਚਲੋ ਸਭ ਦਾ ਭਲਾ ਮੰਗੋ ਤੇ ਆਪਣਾ ਤੁਸੀਂ ਸਹੀ ਰੱਖੋ ਬਸ ਈਟ ਵੈਲ ਈਟਿੰਗ ਦੇ ਨਾਲ ਵੀ ਬਹੁਤ ਫਰਕ ਪੈਂਦਾ ਜਿੱਦਾਂ ਤੁਸੀਂ ਚੰਗੀਆਂ ਚੀਜ਼ਾਂ ਖਾਓਗੇ ਨਾ ਤੁਹਾਡੀ ਥਿੰਕਿੰਗ ਵੀ ਜੱਚੀ ਹੋਗੀ ਕੀ ਬਾਤ ਹੈ ਯਾਨੀ ਕਿ ਤੁਸੀਂ ਐਸੀ ਚੀਜ਼ਾਂ ਨੇ ਜਿਹੜੀਆਂ ਮੈਂ ਇਦਾਂ ਬਲੀਵ ਕਰਦਾ ਹਾਂ 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 ਆ ਕਦੇ ਕਦੇ ਚਲੂ ਸਾਡਾ ਖਾਣਾ ਬਹੁਤ ਟੇਸਟੀ ਹੈ ਕਦੇ ਕਦੇ ਹੋਇਆ ਲੇਕਿਨ ਰੋਜ਼ ਹੀ ਤੁਸੀਂ ਕਹੋਗੇ ਮੈਂ ਤੈਨੂੰ ਪਣੋਠੇ ਖਾਣੇ ਦੇ ਉਹ ਤਾਂ ਵੀ ਚੰਗੀ ਗੱਲ ਨਹੀਂ ਹੈ ਸਿੰਦਾ ਭਾਈ ਲਾਈਕ ਤੁਹਾਡੇ 뮤జిక్ ਦੇ ਵਿੱਚ ਵੀ ਨਾ ਲਾਈਕ ਕੁੜੀਆਂ ਦੀ ਤਾਰੀਫ ਤੋਂ ਲੈ ਕੇ ਹਰ ਚੀਜ਼ ਜੀ ਜੀ ਵਾਟ ਇਜ਼ ਯਰ ਫਰਸਟ ਕ੍ਰਸ਼ ਉਹ 뮤జిక్ 뮤జిక్ ਮਹਾਰਾਜ ਇਹ ਸੱਚ ਹੈ ਇਹ ਇਨ ਐ ਡਿਪਲੋਮੈਟਿਕ ਐਸੇ ਨਹੀਂ ਚਾਹੀਦੀ ਨਹੀਂ ਨਹੀਂ 뮤జిక్ ਤੋਂ ਸਿਵਾਏ ਹੋਰ ਕੁਝ ਨਹੀਂ ਮੈਂ ਤੁਹਾਨੂੰ ਦੱਸਿਆ ਸੀ ਬਿਊਟੀਫੁਲ ਚੀਜ਼ ਹੈ ਮੇਰਾ ਜਿਹੜਾ ਪਹਿਲਾ ਇਨਸਟਰੂਮੈਂਟ ਤਬਲਾ ਤਬਲੇ ਦਾ ਐਸਾ ਸਾਊਂਡ ਹੈ ਨਾ ਇੱਕ ਚੀਜ਼ ਬਿਊਟੀਫੁਲ ਹੁੰਦੀ ਹੈ ਨਾ ਇੱਕ ਬਿਊਟੀਫੁਲ ਦੇ ਉੱਪਰ ਹੁੰਦੀ ਉਹ ਤਪਲਾ ਕਿਆ ਬਾਤ ਐਸਾ ਵਜਦਾ ਤੇ ਮਹਾਰਾਜ ਆਨੰਦਾ ਦਾ ਤੁਸੀਂ ਤਾਂ ਮੈਂ ਕਹਿੰਦਾ ਚਾਰ ਤਬਲੇ ਵੀ ਇਕੱਠੇ ਰੱਖ ਕੇ ਵਜਾਉਣਾ ਹਾਂਜੀ ਉਹ ਅਲੱਗ ਲੱਗਦਾ ਉਹ ਵੀਰਸ ਪਾਉਣੇ ਹੁੰਦੇ ਤੁਸੀਂ ਮੈਂ ਦੇਖਦਾ ਹਾਂ ਇਹ ਮੈਂ ਤਬਲੇ ਨਾਲ ਗਾਉਂਦਾ ਹੁੰਦਾ ਨਾ ਤੇ ਲੋਕੀ ਬਹੁਤ ਲਾਈਕ ਕਰਦੇ ਆ ਤੇ ਤਬਲਾ ਇਨਸਟਰੂਮੈਂਟ ਬਿਊਟੀਫੁਲ ਹਰਮੋਨੀਅਮ ਜਿਹੜੇ ਇਨਸਟਰੂਮੈਂਟਸ ਸਿਤਾਰ ਫਲੂਟ ਕਿਆ ਸਾਊਂਡ ਹੈ ਯਾਰ ਉਹਨਾਂ ਦਾ ਹੁਣ ਆਪਾਂ ਜੀ ਕੀ ਇਹ ਕੰਪਿਊਟਰ ਦੇ ਵਿੱਚ ਲਿਖ ਲੂਗਾ ਕਿਦਾਂ ਲਿਖੂਗਾ ਹਾਂ ਹੈਨਾ ਕੰਪਿਊਟਰ ਤੇ ਵੀ ਵਿਆਹ ਸਕਦੇ ਤੁਸੀਂ ਪਰ ਉਹ ਫੀਲ ਸਿਰ ਆਏਗਾ ਜਿਹੜਾ ਲਾਈਵ ਇਨਸਟਰੂਮੈਂਟ ਦਾ ਹੈ ਸੋ اسی ਤਰ੍ਹਾਂ ਇਹ ਗੀਤ ਜਿਹੜਾ ਆਇਆ ਇਹਦੇ ਵਿੱਚ ਕੋਸ਼ਿਸ਼ ਕੀਤੀ ਲਾਈਵ ਫੀਲ ਲਾਈਵ ਟੂ ਹਲ ਬਗੈਰ ਲੋਕ ਕੀ ਪਸੰਦ ਕਰ ਰਹੇ ਹੈ ਵੀ ਯਾਰ ਇਹਦੇ ਵਿੱਚ ਕੋਈ ਹੋ ਰਿਹਾ ਵਜ ਰਿਹਾ ਕੁਝ ਪਤਾ ਲੱਗ ਰਿਹਾ ਨਾ ਨਹੀਂ ਤੇ ਇੱਕ ਕੰਪਿਊਟਰ ਦਾ ਹੁੰਦਾ ਚੀਜ਼ ਹੈ ਨਾ ਵੀ ਕੰਪਿਊਟਰਾਈਜ਼ ਹੋ ਜੂਗਾ ਇੱਕ ਲੈਵਲ ਤੇ ਜਾ ਰਿਹਾ ਬਸ ਹੈ ਨਾ ਜਿਹੜਾ ਲਾਈਵ ਮਿਊਜ਼ਿਕ ਤੋਂ ਅਪਸ ਐਂਡ ਡਾਊਨਸ ਹੋਣੇ ਨਾ ਜੇ ਕਿਤੇ ਫ੍ਰੀਕਵੈਂਸੀ ਹਾਈ ਹੋ ਗਈ ਹੈ ਇਹ ਮਜੂਲ ਜਿਹਾ ਹੁੰਦਾ ਸਾਨੂੰ ਬਿਲਕੁਲ ਤੁਸੀਂ ਹੁਣ ਇਹ ਕੋਸ਼ਿਸ਼ ਕਰਦੇ ਹੋ ਕਿ ਜਿੰਨੇ ਵੀ ਤੁਹਾਡੇ ਗੀਤ ਆਣ ਲਾਈਕ ਹੁਣ ਮੁੰਡਾ ਟਰਬਨ ਵਾਲਾ ਜਿਹੜੀ ਐਲਬਮ ਹੈਗੀ ਆ ਉਸ ਦੇ ਵਿੱਚ ਬੈਕ ਟੂ ਬੈਕ ਹੁਣ ਗੀਤ ਸਾਨੂੰ ਸੁਣਨ ਨੂੰ ਮਿਲ ਗਏ ਹੈ ਨਾ ਤਾਂ 6 ਟਰੈਕਸ ਜਿਹੜੇ ਆਣੇ ਨੇ ਉਹਨਾਂ ਸਾਰਿਆਂ ਦੇ ਵਿੱਚ ਤੁਹਾਡੀ ਕੋਸ਼ਿਸ਼ ਹੈ ਕਿ ਰੀਅਲ ਇਨਸਟਰੂਮੈਂਟਸ ਵਜਾਏ ਨਹੀਂ ਸਾਰਿਆਂ ਚ ਨਹੀਂ ਕਿਉਂਕਿ ਫਿਰ ਸਾਰੇ ਸੇਮ ਲੱਗਣਗੇ ਨਾ ਕੋਈ ਟ੍ਰੈਪ 뮤직 ਵੀ ਹੈ ਰੈਪ 뮤직 ਵੀ ਹੈ ਜਿਸ ਤਰ੍ਹਾਂ ਆਪਾਂ ਫਾਸਟ ਫਾਸਟ ਨਹੀਂ ਕਹਾਂ ਸਕਦੇ ਤੇ ਵਾਲਾ ਬਿਜਨਾ ਜੀ ਇਦਾਂ ਦੇ ਵੀ ਗੀਤ ਹੈ ਮੇਰਾ ਮੇਰਾ ਆਇਡੈਂਟੀਟੀ ਸੋ ਉਹ ਉਹ ਵੀ ਹੈ ਵਿੱਚ ਬਿਲਕੁਲ ਤੇ ਟ੍ਰੈਡੀਸ਼ਨਲ ਵੀ ਹੈ ਟ੍ਰੈਡੀਸ਼ਨਲ ਤਾਂ ਚਲੋ ਹੈ ਉਹਦੇ ਵਿੱਚ ਸਲੋ Song ਵੀ ਹੈ ਗਿਟਾਰ ਅਕੂਸਟਿਕ ਗਿਟਾਰਸਾਂ ਵੀ ਹੈ ਸੋ ਹਰੇਕ ਗੀਤ ਦਾ ਆਪਣਾ ਸਾਊਂਡ ਹੋਗਾ ਡਿਫਰੈਂਟ ਹੋਗਾ ਜਿੰਦਾਬਾ ਜੀ ਜਦ ਵੀ ਅਸੀਂ ਤੁਹਾਨੂੰ ਦੇਖਦੇ ਆ ਨਾ ਤਾਂ ਲਾਈਕ ਤੁਹਾਡੇ ਸ਼ੋਜ਼ ਦੀ ਕੋਈ ਵੀਡੀਓਸ ਸਾਹਮਣੇ ਆਉਂਦੀ ਲੋਕ ਬਹੁਤ ਇੰਜੋਏ ਕਰ ਰਹੇ ਹੁੰਦੇ ਨੇ ਹੈ ਨਾ ਇੱਕ ਅਲੱਗ ਜਿਹਾ ਮਾਹੌਲ ਤੁਸੀਂ ਬਣਾਇਆ ਹੁੰਦਾ ਬਟ ਇੱਕ ਗਾਣਾ ਕਿਹੜਾ ਹੈ ਜਿਹੜਾ ਤੁਹਾਡੇ ਲਾਈਕ ਜੀਤੋ ਬਿਨਾ ਤੁਹਾਡਾ ਸ਼ੋ ਪੂਰਾ ਨਹੀਂ ਹੋ ਸਕਦਾ ਦੇਖੋ ਹਜੇ ਤੱਕ ਦੋ ਗੀਤ ਮੇਰੇ ਅੱਜ ਦੇ ਦਿਨ ਖੁਸ਼ੀਆਂ ਦਾ ਤੇ ਨਾਨਕਾ ਮੇਲ ਤੇ ਆ ਗਿਆ ਜੀ ਕਿਤੇ ਮੇਲ ਨਾਲ ਕਾ ਉਹ ਜੀ ਤੱਕ ਹਰੇਕ ਵਿਆਹ ਦੇ ਵਿੱਚ ਵੱਜਦੇ ਆ ਸਟਾਰਟਿੰਗ ਮੈਨੂੰ ਮਿਲਦੇ ਆ ਸੀ ਸਟਾਰਟਿੰਗ ਜੀ ਅੱਜ ਦਿਨ ਖੁਸ਼ੀਆਂ ਤੋਂ ਨਾਲ ਕਲ ਮੇਰੋ ਤੇ ਜਾਗੋ ਜਦੋਂ ਵੱਜਦਾ ਆ ਇਸੇ ਤਰ੍ਹਾਂ ਫਿਰ ਜਿਹੜੀ ਜਾਗੋ ਨਵੀਂ ਆ ਰਹੀ ਹੈ ਨਾ ਉਹ ਨਵੇਂ ਅੰਦਾਜ਼ ਦੇ ਵਿੱਚ ਲਿਖੀ ਹੈ ਲਾਲਨਾ ਤੇ ਬਹੁਤ ਸਵਾਦ ਲਾ ਉਹਦੇ ਵਿੱਚ ਸਪੈਸ਼ਲ ਅਪੀਅਰੈਂਸ ਵੀ ਆ ਹੁਣ ਨਹੀਂ ਮੈਂ ਦੱਸ ਸਕਦਾ ਬਿਲਕੁਲ ਬਹੁਤ ਤੁਸੀਂ ਮਜ਼ੇਦਾਰ ਲਓਗੇ ਵੀਡੀਓ ਦੇ ਵਿੱਚ ਬਹੁਤ ਟਾਈਮ ਲਿਕਾ ਪ੍ਰਵਿੰਦਰ ਪਿੰਕੂ ਜੀ ਨੇ ਅਪਕਮਿੰਗ ਡਾਇਰੈਕਟਰ ਹੈ ਮੁੰਡਾ ਤੇ ਉਹਨ ਬਣਾਇਆ ਤੇ ਲੱਗਦਾ ਕਿ ਨਵੇਂ ਪੰਦੇ ਵੀ ਆਣੇ ਚਾਹੀਦੇ ਹਨ ਸੋ ਉਹਨ ਕਾਜ ਦਿਨ ਖੁਸ਼ੀ ਉਸ ਗੀਤ ਵੀਡੀਓ ਬਣਾ ਕੇ ਤੇ ਦੋ ਤਿੰਨ ਦਿਨ ਸੁੱਤਾ ਰਿਆ ਕਿਉਂਕਿ 100 150 ਬੰਦਾ ਸਾਂਭਣਾ ਬਹੁਤ ਮੁਸ਼ਕਿਲ ਸੀਗਾ ਸੈੱਟ ਤੇ ਬਿਲਕੁਲ ਨਹੀਂ ਲੱਗਦਾ ਉਹਨਾਂ ਕਿ ਜਾਈ ਤਰਿਆ ਜ਼ਿਕਰ ਹੈ 500 ਬੰਦੇ ਲੈ ਕੇ ਸ਼ੁਰੂ ਕਰਕੇ 50 ਲੜਕੀਆਂ ਲੈ ਕੇ ਵੀ ਜਾਗੋ ਕੱਢ ਦੋ ਇਦਾਂ ਨਹੀਂ ਹੁੰਦੇ ਨਾ ਸੋ ਉਹ ਮਾਹੌਲ ਬਣਾਣਾ ਉਹ ਐਟਮੋਸਫੇਅਰ ਬਣਾਣਾ ਕ੍ਰੀਏਟ ਕਰਨਾ ਇਸੇ ਤਰ੍ਹਾਂ ਮਿਊਜ਼ਿਕ ਹੁੰਦਾ ਵੀ ਐਟਮੋਸਫੇਅਰ ਨੂੰ ਕ੍ਰੀਏਟ ਕਰਨਾ ਨਾ ਫਿਰ ਮੈਂ ਜਾਂਦਾ ਬਿਲਕੁਲ ਬਿਲਕੁਲ ਜਿਹੜੀ ਸੀ ਅੱਜ ਦੇਖਣ ਖੁਸ਼ੀਆਂ ਦਾ ਗਾਣੇ ਦੀ ਗੱਲ ਕੀਤੀ ਨਾ ਇਹ ਐਕਚੁਅਲੀ ਜਦ ਤੱਕ ਕਹਿ ਸਕਦਾ ਕਿਸੇ ਵਿਆਜ ਸ਼ਗਨ ਵਾਲੇ ਘਰ ਚ ਨਾ ਵੱਜੇ ਨਾ ਇਹ ਲੱਗਦਾ ਯਾਰ ਕੁਛ ਤਾਂ ਦੂਰਾ ਰਹਿ ਗਿਆ ਹੈ ਨਾ ਗੁਰੂ ਮਹਾਰਾਜ ਦੀ ਕਿਰਪਾ ਹਾਂ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਆਵੋ ਰਲ ਮਿਲ ਖੁਸ਼ੀ ਮਨਾਈਏ ਹੱਸিয়ে ਨੱਚিয়ে ਟੱਪੀਏ ਗਾਈਏ ਐਵੇਂ ਲਾ ਮੁੜਕੇ ਨੀ ਲੱਭਣਾ ਓਏ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਕੀ ਬਾਤ ਹੈ ਵੈਸੇ ਤੁਹਾਨੂੰ ਲਾਈਕ ਮੈਂ ਕਹਿ ਸਕਦਾ ਕਿ ਕਹਿੰਦੇ ਨੇ ਕਿ ਇੱਕ ਸਿੰਗਰ ਨੂੰ ਲਾਈਵ ਸੁਣਨ ਦਾ ਕੀ ਵਕਰਾ ਸਵਾਦ ਹੁੰਦਾ ਮੈਂ ਕਹਿੰਦਾ ਕਿ ਉਹ ਇਸ ਦਾ ਔਰਾ ਹੁੰਦਾ ਆ ਉਹ ਜੋ ਤੁਹਾਡੇ ਨਾਲ ਮੈਨੂੰ ਦਿਖ ਰਿਹਾ ਹੈ ਹੈਨਾ ਹੈਨਾ ਲਾਈਵ ਤੇ ਫਿਰ ਡਿਫਰੈਂਟ ਫੀਲ ਹੈ ਨਾ ਕੋਈ ਵੀ ਚੀਜ਼ ਲਾਈਵ ਹੋ ਰਹੀ ਹੈ ਇਨਸਟਰੂਮੈਂਟ ਚ ਬਜ ਰਿਹਾ ਹੈ ਆਫੀਸ਼ੀਅਲੀ ਐਟ ਮੈਸੇਜਸ ਡਿਫਰੈਂਟ ਹੋਣਾ ਨਾ ਕਿ ਇਹਦਾ ਸੀਡੀ ਲਾ ਕੇ ਉਹ ਨਹੀਂ ਕ੍ਰੀਏਟ ਕਰ ਸਕਦੇ ਕਦੇ ਵੀ ਨਹੀਂ ਜੀ ਜੀ ਬਿਲਕੁਲ ਤੇ ਅ ਸ਼ਿੰ다ਪਾ ਜੀ ਮੋਸਟ ਆਫ ਦਿ ਟਾਈਮ ਹੈ ਜਦੋਂ ਹੁਣ ਅੱਜਕੱਲ ਮਿਊਜ਼ਿਕ ਹੈ ਮਿਊਜ਼ਿਕ ਦੀ ਲਾਈਫ ਬਹੁਤ ਘਟਾ ਹੈ ਨਾ ਕਿ ਗਾਣਾ ਰਿਲੀਜ਼ ਹੋਇਆ ਪਹਿਲਾ ਹੁੰਦਾ ਸੀ ਕਿ ਯਾਰ ਗਾਣਾ ਆ ਜਿਵੇਂ ਤੁਹਾਡੇ ਗੀਤ ਨੇ ਅਸੀਂ ਪੁਰਾਣੇ ਗੀਤਾਂ ਨੂੰ ਵੀ ਮੈਨੂੰ ਜਿੱਦਾਂ ਤੁਸੀਂ ਮਾੜੀ ਗੱਲ ਕਹਿੰਦੇ ਆ ਅਰੇ ਯਾਰ ਉਹ ਵੀ ਤਾਂ ਹੈ ਲਾਈਕ ਉਹ ਚੀਜ਼ ਨਹੀਂ ਰਹੀ ਕਈ ਵਾਰ ਕੀ ਹੁੰਦਾ ਕਿ ਗਾਣਾ ਸੁਣਿਆ ਤੇ ਗਾਣਾ ਪਤਾ ਹੀ ਨਹੀਂ ਲੱਗਦਾ ਕਿਹੜਾ ਆ ਜੀ ਹਰ ਗਾਣਾ ਇੱਕੋ ਜਿਹਾ 사ਉਂਡ ਕਰ ਰਿਹਾ ਜਾਂ ਫਿਰ 10 12 ਦਿਨ ਬਾਅਦ ਜਿਹੜਾ ਗਾਣਾ ਇਹਨੇ ਮਿਲੀਅਨਸ ਹੋ ਗਿਆ ਵੀਰ ਜੀ ਬਿਲਕੁਲ ਸਹੀ ਤੁਸੀਂ ਕੁਐਸਚਨ ਪੁੱਛਿਆ ਤੇ ਕਈ ਮੈਨੂੰ ਪੁੱਛ ਦਿੰਦੇ ਵੀ ਕੋਈ ਨਵਾਂ ਗੀਤ ਮੈਂ ਉਹਨਾਂ ਨੂੰ ਪੁੱਛਦੇ ਨੇ ਭਾਈ ਸਾਹਿਬ ਕਦੇ ਰੇਡੀਓ ਸੁਣਿਆ ਨਹੀਂ ਕਦੇ ਟੀਵੀ ਤੇ ਨਹੀਂ ਮੈਂ ਕਿਹਾ ਉਹ ਸਮਾਨ ਤੋਂ ਪਤਾ ਲੱਗਣਾ ਗੀਤ ਦਾ ਅੱਜ ਕੱਲ ਤਾਂ ਹੀ ਰਹਿ ਗਿਆ ਨਾ ਬਿਲਕੁਲ ਬਿਲਕੁਲ ਫੋਨ ਉਹਨਾਂ ਕੋ ਸਾਦੇ ਆ ਫੋਨ ਤੇ ਨਾ ਕੋ WhatsApp ਵਗੈਰਾ ਮੈਂ ਕਿਹਾ ਫਿਰ ਕਿਵੇਂ ਪਤਾ ਲੱਗੂਗਾ ਗੀਤ ਦਾ ਅੱਗੇ ਸਿੱਧੀ ਸਿੱਧੀ ਪਤਾ ਲੱਗਦਾ ਸੀ ਨਾ ਦੁਕਾਨ 'ਚ ਜਾਂਦੇ ਸੀ ਉਹ ਗੱਲ ਨਹੀਂ ਇਸ ਕਰਕੇ ਬੋਟ ਸ਼ੋਰਟ ਲਾਈਫ ਆ ਕਿਸੇ ਦੇ ਵੀ ਗੀਤ ਆ ਹਨਾ ਆਰਟਿਸਟ ਦਾ 5 6 ਦਿਨ 10 ਦਿਨ ਹਨਾ ਲੇਕਿਨ ਪੁਰਾਣੇ ਗੀਤ ਕਿਸੇ ਦੇ ਵੀ ਸਰਦੂਲ ਪਾਜ ਦੇ ਹੰਸ ਰਾਜ ਦੇ ਮਾਲਕ ਸਾਹਿਬ ਦੇ ਉਹ ਗੀਤ ਹਜੇ ਵੀ ਸੁਣੋ ਜਵਲਾ ਜੱਟ ਜੀ ਦੇ ਤੇ ਆਨੰਦਾ ਦਾ ਮਹਾਰਾਜ ਬਿਲਕੁਲ ਲੇਕਿਨ ਉਹ ਹੋਰ ਸੀਗਾ ਉਹ ਜਨਰੇਸ਼ਨ ਜਿਹੜੇ ਜਨਰੇਸ਼ਨ ਵੀ ਚੇਂਜ ਹੋ ਗਏ ਹਨਾ ਪਰ ਮੈਂ ਇੰਗਲਿਸ਼ ਗੀਤਾਂ ਦਾ ਵੀ ਇਹ ਹਾਲੇ ਕਲੇ ਆਪਣੇ ਆ ਤਾਂ ਨਹੀਂ ਸਾਰਿਆਂ ਦਾ ਆਇਆ ਤੇ ਬਸ ਠੀਕ ਹੈ ਪਤਾ ਨਹੀਂ ਲੱਗਦਾ ਕਿ ਕਦੋਂ ਆਇਆ ਕਦੋਂ ਚਲਾ ਗਿਆ ਲੇਕਿਨ ਜਿਵੇਂ ਅਪਾ ਦੌਰ ਦੀ ਗੱਲ ਕਰਦੇ ਆ ਨਾ ਅੱਜ ਦੇ ਦੌਰ ਦੇ ਵਿੱਚ ਵੀ ਲੋਕ ਚੰਗਾ 뮤직 ਪਾੜਦੇ ਬਿਲਕੁਲ ਕਿ ਇੱਕ ਲੇਕਿਨ ਪੁਰਾਣੇ ਜਿਹੜੇ ਵੀ ਆਰਟਿਸਟ ਨੇ ਜਿੰਨੇ ਵੀ ਰਿਵਾਈਵ ਹੋਏ ਨੇ ਕਿਉਂਕਿ ਹਰ ਰੋਜ਼ ਅਪਾ ਦੇਖਦੇ ਆ ਮਾਰਕੀਟ ਦੇ ਵਿੱਚ ਦੋ ਤੋਂ ਤਿੰਨ ਨਵੇਂ ਆਰਟਿਸਟ ਆ ਰਹੇ ਨੇ ਬਿਲਕੁਲ ਬਿਲਕੁਲ ਔਰ ਕਈ ਵਨ ਸੌਂਗ ਵੰਟਰ ਹੁੰਦੇ ਨੇ ਉਸ ਤੋਂ ਬਾਅਦ ਕੁਝ ਨਹੀਂ ਚੱਲਦਾ ਬਟ ਜਿਵੇਂ ਸਾਰੇ ਜਿਹੜੇ ਇੰਨੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ ਤੁਹਾਡੇ ਵਰਗੇ ਆਰਟਿਸਟ ਜਿਨ੍ਹਾਂ ਨੇ ਭਰਪੂਰ ਐਂਟਰਟੇਨਮੈਂਟ ਦਿੱਤਾ ਹੈ ਉਹਨਾਂ ਵਾਸਤੇ ਕਿੰਨਾ ਕੁ ਮੁਸ਼ਕਲ ਹੁੰਦਾ ਤੁਹਾਨੂੰ ਕੰਪੀਟੀਸ਼ਨ ਫੀਲ ਹੁੰਦਾ ਜਦ ਵੀ ਤੁਸੀਂ ਕੁਝ ਲੈ ਕੇ ਆਉਂਦੇ ਹੋ ਜਾਂ ਫਿਰ ਤੁਹਾਨੂੰ ਪਤਾ ਕਿ ਮੇਰੀ ਆਡੀਅנס ਹੈਗੀ ਹੈ ਤਾਂ ਆਈ ऍम ਨਹੀਂ ਕੋਈ ਕੋਈ ਇਦਾਂ ਨਹੀਂ ਹੁੰਦਾ ਕੰਪੀਟੀਸ਼ਨ ਦੇਖੋ ਜੇ ਨਵਾਂ ਬੰਦਾ ਆਂਦਾ ਉਹ ਆਪਣੀ ਛਾਪ ਛਟਣੀ ਹੈ ਠੀਕ ਹੈ ਤੇ ਜਨਰੇਸ਼ਨ ਦਾ ਵੀ ਗੈਪ ਹੈ ਗਿਆ ਬਿਲਕੁਲ ਠੀਕ ਹੈ ਨਾ ਜਿਸ ਤਰ੍ਹਾਂ ਕੋ 15 60 ਨਾਲ ਆਪਾਂ ਗੱਲਬਾਤ ਕਰਾਂਗੇ ਨਹੀਂ ਉਹ ਲਾਈਕ ਕਰਨਗੇ ਨਾ ਅਸੀਂ ਉਹਨਾਂ ਦੇ ਲਾਈਕ ਕਰਨਗੇ ਠੀਕ ਹੈ ਨਾ ਇਹ ਗੈਪ ਤਾਂ ਇਹ ਪੈ ਗਿਆ ਲੇਕਿਨ ਕੱਲੇ ਅੱਬ ਸਾਡੀ ਦੀ ਆਡੀਅנס ਆ ਉਹ ਤਾਂ ਬਣੀ ਆ ਤੇ ਲੋਕੀ ਗੀਤ ਸਾਰੀ ਕੁਲ ਗੀਤ ਦੀ ਬਹੁਤ ਹੈ ਨਾ ਤੇ ਤਿੰਨ ਚਾਰ ਘੰਟੇ ਗਾ ਸਕਦੇ ਨੂੰ ਕੋਈ ਪ੍ਰੋਬਲਮ ਹਾਂ ਠੀਕ ਹੈ ਨਾ ਹਜੇ ਤੱਕ ਵੀ ਯਾਦ ਕਰਦੇ ਜੈਂਗਸਟਰ ਜਿਹੜੇ ਸੁਣਦੇ ਅਪਰੀਸ਼ੀਏਟ ਕਰਦੇ ਭਾਵੇਂ ਨਹੀਂ ਸੁਣਿਆ ਹੋਵੇ ਦੇ ਲਾਈਕ ਇਟ ਹੈ ਨਾ ਪੀਐਚ ਬੇਸ ਲਾਈਨ ਉਹਦੇ ਚੀਜ਼ ਜਿਹੜਾ ਉਹ ਤਾਂ ਚਾਹੀਦਾ ਚਾਹ ਰੈਪਿੰਗ ਹੋ ਰਹੀ ਏ ਤਾਂ ਸੋ ਇਸ ਟਾਈਪ ਦੇ ਵੀ ਹੈਗੇ ਟ੍ਰੈਡੀਸ਼ਨਲ ਤਾਂ ਚਲੋ ਹੈ ਹੀ ਤੁਸੀਂ ਟ੍ਰੈਡੀਸ਼ਨਲ ਟਾਈਪ ਦਾ ਵੀ ਰੈਪ ਬਹੁਤ ਕੀਤਾ ਹੈ ਹੈ ਨਾ ਲਾਈਕ ਲੋਕਾਂ ਨੂੰ ਲੱਗਦਾ ਸੀ ਕਿ ਰੈਪ ਸਿਰਫ ਪੂਠੀਆਂ ਗੱਲਾਂ ਨਾਲ ਹੀ ਹੋ ਸਕਦਾ ਤੁਸੀਂ ਤੁਸੀਂ ਹਾਂ ਇੱਕ ਸੋਵਰ ਰੈਪ ਕੀਤਾ ਹੈ ਓਵਰ ਟਾਈਮ ਨੂੰ ਨਾ ਜਦ ਹੁਣ ਅਸੀਂ ਲੋਕ ਕਹਿੰਦੇ ਨਾ ਰੈਪ ਅਸੀਂ ਕਹਿੰਦੇ ਰੈਪ ਅਸੀਂ ਵੀ ਸੁਣਿਆ ਹੈ ਐਦਾਂ ਦੀ ਗੱਲ ਨਹੀਂ ਸੁਣਿਆ ਉਹ ਰੈਪ ਐਸਾ ਹੈ ਜਿਸ ਨੂੰ ਸੁਣ ਕੇ ਸਵਾਦ ਆਉਂਦਾ ਹੈ ਉਹ ਰੈਪ ਕੋਈ ਵੀ ਕਿਤੇ ਵੀ ਕਿਸੇ ਸਾਹਮਣੇ ਕਰ ਸਕਦਾ ਹੈ ਹੈ ਨਾ ਇਹ ਇਹ ਰੈਪ ਦੇ ਉੱਤੇ ਵੀ ਜਿਹੜਾ ਤੁਸੀਂ ਕੰਮ ਕੀਤਾ ਮੋਰ ਦੇ ਵਿੱਚ ਇਹ ਤੁਹਾਡੀ ਲਾਈਕ ਕੋਸ਼ਿਸ਼ ਨਹੀਂ ਹੈ ਕਿ ਮੇਰੇ ਜਿਹੜੇ ਸ਼ਬਦ ਹੋਣੇ ਚਾਹੀਦੇ ਆ ਉਹ ਐਸੇ ਹੋਣੇ ਚਾਹੀਦੇ ਆ ਕਿ ਕੋਈ ਕਿਤੇ ਵੀ ਖੜ ਕੇ ਗਾ ਸਕੇ ਬਿਲਕੁਲ ਫੈਮਿਲੀ ਟਾਈਪ ਦਾ ਉਹ ਸਾਡੇ ਸਤਾਜ ਜੀ ਦਾ ਹੁਕਮ ਸੀਗਾ ਕਿ ਕਿਤੇ ਵੀ ਕੋਈ ਗੀਤ ਇਹੋ ਜਿਹਾ ਨਾ ਹੋਵੇ ਵੀ ਕਿਸੇ ਨੂੰ ਟੀਵੀ ਦੇਖ ਕੇ ਅੱਖਾਂ ਨੀਵੀਆਂ ਕਰਨ ਪੈਣ। ਕੀ ਬਾਤ ਹੈ। ਜੇ ਕੋ ਕਵੇ ਤੇ ਮੈਂ ਟੀਵੀ ਪੰਦਣਾ ਜਾਏ ਬੰਦੇ ਨੂੰ ਪੰਦਣਾ ਮੈਂ। ਇਹ ਕਿਤੇ ਮੈਨੂੰ ਮਿਲੇ। ਸੋ ਇਦਾਂ ਦਾ ਕੂਕਾਓ ਕਿਉਂਕਿ ਹੋਰ ਵੀ ਬਹੁਤ سارے ਟੌਪਿਕਸ ਹੈ। ਇਹ ਇਹ ਨਹੀਂ ਜ਼ਰੂਰੀ ਕਿ ਆਪਾਂ ਵਾਇਲੈਂਸ ਦੇ ਗਾਣਾ ਠੀਕ ਹੈ ਨਾ। ਹੋਰ ਵੀ ਬਹੁਤ سارے ਟੌਪਿਕਸ ਹੈ। ਇੰਗਰੇਜ਼ ਲੋਕ ਵੀ ਕਹਿੰਦੇ ਆ ਚਲੋ ਰੈਪਰ ਤੇ ਚਲੋ ਗਾਣਾ ਕਰ ਦੇ ਕੇ ਦੋਵੇਂ ਨੂੰ ਤੇ ਸਾਡਾ ਇੱਕ ਦੋਸਤ ਹੈ ਕਹਿੰਦਾ ਯਾਰ ਜਿਹੜੇ ਰੈਪਰ ਆ ਨਾ ਇੱਕ ਦੂਜੇ ਨੂੰ ਗਾਣਾ ਕਰਕੇ ਮਿੱਲੀ ਨੇਰ ਬਣ ਜਾਂਦੇ ਕਿਸੀ ਗੱਲ ਲੱਗਦਾ ਚਾਰ ਉਹਨੂੰ ਕੱਢ ਦਿੱਤੀਆਂ ਚਾਰ ਦੇ ਹੋਏ ਨੇ ਕੱਢ ਦਿੱਤੀਆਂ ਬਿਲਕੁਲ 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 ਬਟ ਲਾਈਕ ਜਿਹੜੀ ਸਾਫ ਸੋ ਸੋਤਰੀ ਗਾਇਕੀ ਹੈ ਉਹ ਉਹਦੇ ਵਾਸਤੇ ਚੈਲੰਜ ਬਣ ਗਿਆ ਅੱਜ ਦੇ ਟਾਈਮ ਦੇ ਵਿੱਚ ਹੈਨਾ ਕਿਉਂਕਿ ਕਹਿੰਦੇ ਨਹੀਂ ਹੈ ਕਿ ਜਿਹਨੂੰ ਆਪਾਂ ਕਹਿੰਦੇ ਆ ਕਿ ਇਸ ਟਾਈਪ ਦੇ ਗੀਤ ਜਿਹੜੇ ਕਿ ਆਏ ਗਏ ਬਸ ਮਸਾਲਾ ਜਾਂ ਪੇਸ਼ ਕੀਤਾ ਤੇ ਚਲੇ ਗਏ ਹੈਨਾ ਉਹ ਤਾਂ ਚੱਲ ਹੀ ਰਹੇ ਨੇ ਬਟ ਉਹਦੇ ਵਿੱਚ ਜਿਹੜੀ ਚੰਗੀ ਗਾਇਕੀ ਹੈ ਉਸ ਨੂੰ ਇਸ ਦੌਰ ਚ ਸਫਰ ਕਰਨਾ ਬਹੁਤ ਜ਼ਰੂਰ ਹੈ ਵੀ ਫੋਲੋਅਰਸ ਹੈਗੇ ਆ ਲੇਕਿਨ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਵੀ ਹੂੰ ਕਈ ਇਹ ਦੀ ਸੋਰ ਜੀਪੀਸੀ ਉਦਾਂ ਦੀ ਚੀਜ਼ ਪੇਸ਼ ਕਰਨੀਆਂ ਸੀ ਉਹਨਾਂ ਨੂੰ ਇਨਸਪਾਇਰਸ਼ਨ ਮਿਲਦੀ ਉਹਨਾਂ ਤੋਂ ਅਡਮਾਇਰ ਕਰਦੇ ਵਾਟੇਵਰ ਹੈ ਨਾ ਜੋ ਗੈਂਗਸਟਰਸ ਵਾਟੇਵਰ ਹੈ ਨਾ ਕਈ ਬੰਦਾ ਨਹੀਂ ਸੋ ਇਹ ਅੰਦਰਲੀ ਵੀ ਗੱਲ ਹੁੰਦੀ ਬੰਦੇ ਦੀ ਜਿਸ ਤਰ੍ਹਾਂ ਦੇ ਗੀਤ ਗਾਣ ਉਹਦਾ ਦਾ ਬੰਦਾ ਹੋਊਗਾ ਕੁਝ ਜਿਆਦੇ ਤੇ ਕਈ ਨਹੀਂ ਹੁੰਦੇ ਬਿਲਕੁਲ ਆਪੋਜ਼ਿਟ ਹੁੰਦੇ ਆ ਉਹ ਕਰਦੇ ਆ ਫਿਰ ਪਿਆਰ ਚੀਜ਼ ਲੋਕੀ ਲਾਈਕ ਕਰਦੇ ਇਹੀ ਦਿੰਨੇ ਆਪਾਂ ਤੇ ਮੋਸਟਲੀ ਜਿਹੜਾ ਗੋ ਗਾਦਾ ਉਹਦਾ ਉਹ ਬੰਨਾ ਚਾਹਦਾ ਤੁਹਾਡੇ ਗੀਤਾਂ ਦੇ ਵਿੱਚ ਫੈਮਿਲੀ ਫੈਮਿਲਿਆਰਪਨ ਹੈਗਾ ਯੂਥ ਸੁਣ ਸਕਦਾ ਹੈ ਹਰ ਟਾਈਪ ਦਾ ਫਲੇਵਰ ਦਿੰਦਾ ਹੈ ਬਟ ਮੈਨੂੰ ਨਾ ਪਰਫਾਰਮੈਂਸ ਜਦ ਕਰਦੇ ਹਾਂ ਮੈਨੂੰ ਕਹਿੰਦਾ ਸਾਰੇ ਫਲੇਵਰ ਤੁਸੀਂ ਆਪਣੀ ਸਟੇਜ ਤੇ ਪੇਸ਼ ਕਰਦੇ ਹੋ ਹਾਂ ਉਹ ਤਾਂ ਸਾਰੇ ਫਲੇਵਰ ਹੁੰਦੇ ਆ ਐਸੀ ਕੋਈ ਸਟੇਜ ਯਾਦ ਹੈ ਜਿਹੜੀ ਕਦੇ ਤੁਸੀਂ ਪੁੱਲਦੇ ਨਹੀਂ ਕਿ ਉਹ ਸਟੇਜ ਮੈਂ ਜ਼ਿੰਦਗੀ ਚ ਨਹੀਂ ਪੁੱਲ ਸਕਦਾ ਉਹ ਸਟੇਜ ਆ ਲekin ਇੱਕ ਸਟੇਜ ਅਸੀਂ ਇਕੱਠੀ ਕੀਤੀ ਸੀ ਮੇਰੀ ਐਲਬਮ ਆਈ ਸੀਗੀ ਬੱਲੇ ਤੇ ਜੈਜੀ ਵੀ ਭਾਜੀ ਨੇ ਰੋਮੀਓ ਬੱਲੇ ਰੋਮੀਓ ਦਾ ਸ਼ੋਅ ਰੱਖਿਆ ਸੀਗਾ ਨਾ ਉਸੇ ਦਾ ਵੰਡਰਲੈਂਡ ਦੇ ਵਿੱਚ ਤੇ ਹਜੇ ਤੱਕ ਵੀ ਉਹਨਾਂ ਦਾ ਲੇਟਰ ਹੈਡ ਦਿੱਤੇ ਸੀ ਵੀ ਸਾਡਾ ਰਿਕਾਰਡ ਬੀਟ ਹੋ ਗਿਆ ਬੰਡਰਲੈਂਡ ਬਹੁਤ ਵੱਡਾ ਫਨ ਫੇਅਰ ਹੈ ਟੋਰਾਂਟੋ ਦੇ ਵਿੱਚ ਜੀ ਜੀ ਸੋ ਉਹਦੇ ਪਤਾ ਨਹੀਂ ਲੱਗਦਾ ਵੀ ਕਿੰਨੀ ਦੁਨੀਆ ਉੱਥੇ ਉਹ ਇੱਕ ਉਹ ਵੀ ਹਾਈਲਾਈਟ ਸੀਗਾ ਬਹੁਤ ਵੱਡਾ ਕਿਉਂਕਿ ਅੱਜ ਜੇ ਕਈ ਇਹ ਬੰਦੇ ਬਥੇ ਇਕੱਠੇ ਖੜਾਗੇ ਨਹੀਂ ਉਹ ਫਨ ਫੇਅਰ ਦੇ ਵਿੱਚ ਨਾਲੇ ਪੀ ਟਿਕਟ ਸਿਗੇ ਸਾਰੇ ਅੱਛਾ ਹਾਂਜੀ ਕਿਆ ਬਾਤ ਹੈ ਸੋ ਇਦਾਂ ਦੇ ਕਦੇ ਕਦੇ ਜ਼ਿੰਦਗੀ 'ਚ ਹੁੰਦੇ ਆ ਬਾਕੀ ਚਲੋ ਇਹ ਨਹੀਂ ਗੱਲ ਪੀ ਬਹੁਤ ਮੈਂ ਕਹਿੰਦਾ ਮੈਂ ਬੰਦੇ ਭਾਵੇਂ 20 ਹੋਣ ਇੰਜੋਏ ਕਰਨ ਤੇ ਬਿਲਕੁਲ ਭਾਜੀ ਜਿਵੇਂ ਕਹਿੰਦੇ ਨੇ ਕਿ ਕਈ ਵਾਰੀ ਜਦ ਕਲਾਕਾਰ ਪਰਫਾਰਮ ਕਰਦਾ ਹੈ ਨਾ ਉਸ ਪਰਫਾਰਮੈਂਸ ਤੋਂ ਬਾਅਦ ਕੋਈ ਐਸਾ ਕੰਪਲੀਮੈਂਟ ਮਿਲ ਜਾਂਦਾ ਹੈ ਤੇ ਕਲਾਕਾਰ ਨੂੰ ਲੱਗਦਾ ਯਾਰ ਮੈਂ ਸਫਲ ਹੋ ਗਿਆ ਐਸਾ ਕੋਈ ਮੋਮੈਂਟ ਜ਼ਿੰਦਗੀ ਦਾ ਇਹ ਹੈ ਵੀ ਜਦੋਂ ਲੋਕੀ ਇੰਜੋਏ ਕਰ ਰਹੇ ਆ ਤੇ ਟੈਨਸ਼ਨ ਦੂਰ ਹੋ ਰਹੀ ਹੈ ਤੇ ਕੰਪਲੀਮੈਂਟ ਹੀ ਆ ਤੇ ਲੋਕਾਂ ਨੂੰ ਐਂਟਰਟੇਨ ਕਰ ਰਹੇ ਆ ਤੇ ਇੰਜੋਏਿੰਗ ਹਮਸਾਰੇ ਡਾਂਸ ਕਰ ਰਹੇ ਐ ਲੋਕੀ ਬਸ ਇਹੀ ਬਹੁਤ ਵੱਡੀ ਗੱਲ ਹੈ ਅੱਜ ਦੀ ਡੇਟ ਤੇ ਐਗਜ਼ੈਕਟਲੀ ਅੱਜ ਕਿੰਨੇ ਕਈ ਵਾਰੀ ਹੁੰਦਾ ਕਿ ਬਹੁਤ ਸਾਰੇ ਲੋਕਾਂ ਇਹ ਨਹੀਂ ਵੀ ਤੁਹਾਨੂੰ ਆ ਕੇ ਕਹਿਣ ਪਰ ਪੱਲੇ ਪੱਲੇ ਕਰ ਦਿੱਤੀ ਉਹ ਕਹਿਣ ਦੀ ਲੋੜ ਹੀ ਨਹੀਂ ਬੰਦੇ ਨੂੰ ਪਤਾ ਹੀ ਲੱਗ ਜਾਂਦਾ ਬਿਲਕੁਲ ਬਿਲਕੁਲ ਲੇਕਿਨ ਤੁਸੀਂ ਕੋਲੈਬੋਰੇਸ਼ਨਸ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਕੀਤੀਆਂ ਨੇ ਹੈਨਾ ਵੱਡੇ ਵੱਡੇ ਕਲਾਕਾਰ ਲਾਈਕ ਤੁਸੀਂ ਸਾਰਿਆਂ ਨੇ ਮਿਲ ਕੇ ਕੁਝ ਅੱਛਾ ਪੇਸ਼ ਕੀਤਾ ਹੈ ਤੇ ਹੁਣ ਕੁਝ ਐਦਾਂ ਦਿੰਦੇ ਦਿਲ ਦੀ ਤਮੰਨਾ ਹੈ ਕਿ ਯਾਰ ਮੈਂ 에ਰੇਨਲਸ ਦੁਬਾਰਾ ਕਲੈਬਰੇਟ ਕਰਾਂ ਜਾਂ ਫਿਰ ਇਹਨਾਂ ਨਾਲ ਕੰਮ ਕਰਕੇ ਆਪਾਂ ਇਕੱਠੇ ਕੁਝ ਵੈਸਾ ਹੀ ਦੌਰ ਕ੍ਰੀਏਟ ਕਰੀ ਜਿਹਾ ਪਹਿਲਾਂ ਕਰਦੇ ਸੀ ਨਹੀਂ ਫਿਰ ਸਾਰੇ ਸਾਰੇ ਬਿਜ਼ੀ ਫਿਲਹਾਲ ਕੋ ਐਦਾਂ ਦੀ ਗੱਲ ਨਹੀਂ ਕਿਉਂਕਿ ਕੰਮ ਬਹੁਤ ਕੀਤਾ ਨਾ ਹੁਣ ਤਾਂ ਮੈਂ ਆਪਣੇ ਮਜ਼ੇ ਲੈ ਰਿਆ ਅੱਛਾ ਜੋ ਮੈਨੂੰ ਇੱਥੇ ਅੱਛਾ ਲੱਗਦਾ ਇੱਕ ਰਹਾਤ ਸਾਹਿਬ ਨੇ ਗੀਤ ਹੋਰ ਇਕੱਠਿਆਂ ਦਾ ਆ ਰਿਹਾ ਕੀ ਬਾਤ ਹੈ ਸੋ ਵੀ ਹੈ ਹਰਸ਼ਦੀਪ ਕੌਰ ਬਹੁਤ ਅਸੀ ਸਿੰਗ ਰਹੀ ਬਿਲਕੁਲ ਬਿਲਕੁਲ ਉਸ ਨਾਲ ਵੀ ਹੈ ਸੋ ਸਟੈਪ ਬਾਈ ਸਟੈਪ ਲੇਕਿਨ ਇਹ ਜ਼ਰੂਰੀ ਨਹੀਂ ਵੀ ਉਹਦੇ ਨਾਲ ਮੈਂ ਕਰਨਾ ਹੀ ਕਰਨਾ ਜੇ ਇਦਾਂ ਨਹੀਂ ਉਹ ਇਦਾਂ ਦੀ ਨਹੀਂ ਮਜ਼ੇ ਲੈਣਾ ਮਿਊਜ਼ਿਕ ਦੇ ਭਾਵੇਂ ਕਿਸੇ ਨਾਲ ਵੀ ਹੋਇਆ ਤੇ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਨਾ ਕੰਮ ਕਰ ਰਹੇ ਨੇ ਆਪਣੇ ਸਰਵਾਈਵਲ ਵਾਸਤੇ ਹੈਨਾ ਤਾਂ ਇੰਨਾ ਇੱਕ ਤਾਂ ਸਾਨੂੰ ਪਤਾ ਹੈ ਕਿ ਤੁਹਾਨੂੰ ਨਾ ਤਾਂ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੈਗਾ ਨਾ ਦਾ ਸਰਵਾਈਵਲ ਕ੍ਰਾਈਸਿਸ ਹੈਗਾ ਬਟ ਵਾਟ ਇਜ਼ ਦ ਵਨ ਥਿੰਗ ਵਿਚ ਕੀਪਸ ਯੂ ਗੋਇੰਗ ਮਿਊਜ਼ਿਕ ਜਿਹੜਾ ਮੈਂ ਤੁਹਾਨੂੰ ਦੱਸਿਆ ਮੈਂ ਲਵ ਮਿਊਜ਼ਿਕ ਸਿੰਗਿੰਗ ਪਲੇਇੰਗ ਇਨਸਟਰੂਮੈਂਟਸ ਆ ਲਵ ਇਟ ਯਾਰ ਉਹ ਮੇਰੀ ਲਾਈਫ ਹੈ ਜੀ ਠੀਕ ਹੈ ਨਾ ਇਹ ਨਹੀਂ ਵੀ ਛੱਡ ਸਕਦਾ ਮੈਂ ਹਾਂ ਪ੍ਰੋਫੈਸ਼ਨਲੀ ਕਰਾਂ ਉਹ ਅਲੱਗ ਗੱਲ ਆ ਮੈਂ ਆਪਣੇ ਵਾਸਤੇ ਮ제 ਵਾਸਤੇ ਉਹ ਤਾਂ ਮੈਂ ਵੀ ਆਣਾ ਸਾਜ ਜਾਂ ਗਾਣਾ ਹੈ ਰੋਜ਼ ਠੀਕ ਹੈ ਨਾ ਇਹ ਥੁਰ ਵੀ ਮੈਨੂੰ ਪ੍ਰੋਗਰਾਮ ਨਹੀਂ ਮੈਂ ਫਿਰ ਗਾਣਾ ਨਹੀਂ ਇਹ ਨਹੀਂ ਇਹ ਜਿਹਦਾ ਪਾਰਟ ਆਫ ਮੇਰੀ ਲਾਈਫ ਹੈ ਕੈਨਟ ਬੀ ਟੇਕਨ ਅਵੇ ਕਦੇ ਇਸ ਤਰ੍ਹਾਂ ਹੋਇਆ ਤੁਸੀਂ ਕੀ ਯਾਰ ਹੁਣ ਫਿਲਮਾਂ ਦਾ ਦੌਰ ਚੱਲ ਰਿਹਾ ਹੈਗਾ ਹੈ ਨਾ ਮੈਂ ਫਿਲਮਾਂ ਦੇ ਵਿੱਚ ਵੀ ਕੋਲਾਬੋਰੇਸ਼ਨਸ ਲੈ ਕੇ ਆਵਾ ਹੋ ਸਕਦਾ ਕਿਉਂਕਿ ਬਹੁਤ 뮤지컬 ਫਿਲਮਾਂ ਵੀ ਬਣ ਰਹੀਆਂ ਨੇ ਹੈ ਨਾ ਤਾਂ ਲਾਈਕ ਚਾਹੇ 뮤직 ਦੇ ਜ਼ਰੀਏ ਹੋਵੇ ਫਿਲਮਾਂ ਚ ਤੁਸੀਂ ਫਿਲਮਾਂ ਤੋਂ ਦੂਰ ਰਹੇ ਹੋ ਹਾਂ ਮੈਨੂੰ ਕੋਈ ਜਿਆਦਾ ਨਹੀਂ ਸਿਖਾਇਆ ਦੇ ਵਿੱਚ ਲੁਕਸ ਤਾਂ ਹੈਗੀਆਂ ਨੇ ਤੇ ਐਕਟਿੰਗ ਵੀ ਚੰਗੀ ਭਲੀ ਕਰ ਲੈਣੇ ਸੀ ਵੀਡੀਓ ਦੇਖਦੇ ਆ ਉਹ ਜਿਹੜੀ ਕਹਿੰਦਾ ਆਪਾਂ ਸ਼ੌਂਕ ਉਹ ਗੀਤਾਂ ਦੇ ਵਿੱਚ ਕਰ ਲਈਦਾ ਬਸ ਇਹ ਵੀ ਐਕਟ ਇਹ ਵੀ ਐਕਟਿੰਗ ਆ ਤੇ ਕੋਈ ਇਦਾਂ ਨਹੀਂ ਤੇ ਕਦੀ ਇਦਾਂ ਹੋਇਆ ਲਾਈਕ ਨਾ ਕਿ 뮤직 ਦਾ ਤਾਂ ਸ਼ੌਂਕ ਹੈਗਾ ਉਸ ਤੋਂ ਬਾਅਦ ਦੌਰ ਆਇਆ ਸੀ ਕਿ ਹਾਂ ਵੀਡੀਓ ਨਹੀਂ ਹੈ ਤਾਂ ਫਿਰ ਗਾਣਾ ਨਹੀਂ ਬਣੂਗਾ ਹੈਨਾ ਵਧੀਆ ਨਹੀਂ ਲੱਗੂਗਾ ਗਾਣਾ ਤੇ ਉਹ ਵੀਡੀਓ ਬਣਾਉਣ ਦੇ ਚੱਕਰ 'ਚ ਸਾਰਿਆਂ ਨੂੰ ਐਕਟਿੰਗ ਆ ਗਈ ਹੈ ਨਾ ਉਹ ਜਿਹੜੀ ਇਹ ਹੁਣ ਲੋਕ ਕਰਦੇ ਨੇ ਉਹ ਬਹੁਤ ਪੁਰਾਣੇ ਹੋ ਚੁੱਕੇ ਤੁਹਾਡੇ ਲਾਈਕ ਡੂ ਯੂ ਰਿਮੈਂਬਰ ਉਹ ਟਾਈਮ ਜਦ ਤੁਹਾਨੂੰ ਕੈਮਰਾ ਫੇਸ ਕਰਨਾ ਪਿਆ ਹੋਵੇ ਹਾਂਜੀ ਮੇਰੇ ਯਾਰ ਬਹੁਤ ਮੁਸ਼ਕਲ ਲੱਗਿਆ ਹੋਵੇ ਮੁਸ਼ਕਲ ਨਹੀਂ ਹੋ ਇਸ ਤਰ੍ਹਾਂ ਦਾ ਉਹ ਗੀਤ ਸੀਗਾ ਹਮ ਦਿਲ ਦੀ ਗਲੀ ਦੇ ਵਿੱਚ ਆ ਆ ਦਿਲ ਦੀ ਗਲੀ ਦੇ ਵਿੱਚ ਆ ਕੇ ਦਿਲ ਦੀ ਗਲੀ ਦੇ ਵਿੱਚ ਉਹ ਜਦੋਂ ਉਦੋਂ ਕਿ ਸੈੱਟ ਸੀਗੀ ਕਿ ਸੈੱਟ ਜਦੋਂ ਉਹਨਾਂ ਨੇ ਕੰਪਨੀ ਨੂੰ ਭੇਜਦੇ ਸੀਗੇ ਐਜ਼ ਅ ਡੈਮੋ ਜਿੱਦਾਂ ਫਰਜ਼ ਕਰ ਲਓ ਫੋਰ ਇਗਜ਼ਾਮਪਲ ਇਫ ਦਿਸ 8 Song ਜੀ ਮੇਕ ਨਿੱਟਲ ਕਲਿਪਸ ਆਫ ਦੋ ਸੰਗਸ ਦੈਨ ਯੂ ਸੈਂਟ ਇਟ ਟੂ ਦ ਕੰਪਨੀ ਹੈਨਾ ਉਹਦੇ ਵਿੱਚ ਮੇਰਾ ਪਹਿਲਾ ਗੀਤ ਸੀਗਾ ਸੈਕੰਡ ਸੰਗ ਤੇ ਉਹਦੇ ਵਿੱਚ ਹੈ ਨਾ ਵਿੱਚ ਜੇ ਮੈਂ ਪਾ ਦਿੱਤਾ ਐਕਸਪੈਰੀਮੈਂਟ ਜਿਹਾ ਵਾਲਾ ਨਾ ਉਹਦੇ ਵਿੱਚ ਵੈਸਟਰਨ ਜੇ ਬੀਟ ਸੀਗੀ ਹਿਪ ਹੌਪ ਬੀਟ ਤਬਲੇ ਦੇ ਨਾਲ ਥੋੜੇ ਰੈਪਿੰਗ ਸੀਗੇ ਇਹਦੇ ਵਿੱਚ ਤੇ ਮੈਂ ਕਿਹਾ ਵਿੱਚ ਜੇ ਪਾ ਲਵਾਂ ਚਲੋ ਐਕਸਪੈਰੀਮੈਂਟ ਹੀ ਆ ਉਹ ਜਦੋਂ ਕੰਪਨੀ ਨੂੰ ਭੇਜਿਆ ਟਿਪਸ ਕੰਪਨੀ ਸੀ ਅਰੇ ਬਾਈ ਕਹਿੰਦਾ ਇਸ ਵਿੱਚ ਇੱਕ ਗੀਤ ਹੈ ਦਿਲ ਦੀ ਗਲੀ ਐਸਾ ਕੁਝ ਹਾਂ ਹਾਂ ਮੈਂ ਕਿਹਾ ਤੁਹਾਡੇ ਕੋਲ ਉਹ ਕਹਿੰਦਾ ਉਹ ਵੀ ਕਾਢੇ ਨੂੰ ਮੈਂ ਦਿਲ से ਸੋਚਿਆ ਮੈਂ ਕਿਹਾ ਸਰ ਉਹ ਕਿਸ ਨੇ ਗਾਇਆ ਮੈਂ ਕਿਹਾ ਸਰ ਇਸ ਨਾ ਚੀਜ਼ ਨਾ ਆਹ ਕਮਾਲ ਕਰਦੀ ਵੇ ਕਹਿੰਦਾ ਤੇ ਉਹਨਾਂ ਨੇ ਸਪੈਸ਼ਲ ਮੈਨੂੰ ਨਾ ਸੱਦਿਆ ਇੰਡੀਆ 5 ਸਟਾਰ ਹੋਟਲ ਵਗੈਰਾ ਪਹਿਲੀ ਦਫਾ ਤੇ ਉਹਦੀ ਵੀਡੀਓ ਬਣਾਈ ਕਹਿੰਦੇ ਸੀ ਓਪਨਿੰਗ ਇਸ ਗੀਤ ਤੋਂ ਕਰਨੇ ਦਿਲ ਫੇਸਿਸ ਸੀਗਾ ਟੇਪ ਦਾ ਨਾਮ ਹਾਲਾਂਕਿ ਉਹ ਬੱਚੇ ਸੀਗਾ ਲੇਕਿਨ ਉਹਨਾਂ ਨੇ ਅੱਗੇ ਕਰ ਦਿੱਤਾ ਤੇ ਵੀਡੀਓ ਬਹੁਤ ਵੱਡੀ ਬਣਾਈ ਤੇ ਬੇਨਾਲ ਮੱਖਾ ਜੀ ਨੇ ਵੀਡੀਓ ਕੀਤਾ ਮੈਂ ਕਿ ਇਹਦੀ ਗੱਲ ਦਸੀ ਤੇ ਲੇਕਿਨ ਫਿਰ ਮੈਂ ਦੱਸ ਰਿਹਾ ਉਹ ਜਦੋਂ ਵੀਡੀਓ ਬਣਾਉਣ ਲੱਗੇ ਨਾ ਤੇ ਉਹਦੇ ਵਿੱਚ ਲੜਕੀਆਂ ਸੀਗੇ ਉਹਨਾਂ ਦਾ ਡਰੈਸ ਸੈਂਸ ਬਹੁਤ ਮੈਨੂੰ ਚੰਗਾ ਨਹੀਂ ਲੱਗਾ اچھا ਹੈਨਾ ਤੇ ਮੁੰਡਾ ਮੇਰੇ ਨਾਲ ਹੱਸੀ ਜਾਵੇ ਵੀ ਉਹਦਾ ਡਰੈਸ ਕਿੱਦਾਂ ਦਾ ਤੇ ਮੈਂ ਜਦੋਂ ਫਿਰ ਵਿਨਰ ਨੂੰ ਛੱਡਿਆ ਸਾਈਡ ਤੇ ਮੈਂ ਕਿਹਾ ਯਾਰ ਗੱਲ ਇਹ ਵਿਨਰ ਭਾਈ ਮੈਂ ਨਹੀਂ ਕਰਨਾ ਇਹ ਵੀਡੀਓ ਕਹਿੰਦਾ ਕੀ ਗੱਲ ਮੈਂ ਕਿਹਾ ਜਾਂ ਇਹਨਾਂ ਦੇ ਡਰੈਸ ਚੇਂਜ ਕਰ ਜਾਂ ਫਿਰ ਵੀਡੀਓ ਰੰਦੇ ਮੈਨੂੰ ਲੋੜ ਨਹੀਂ ਬਾਈਕ ਉਹਦੇ ਇੱਦਾਂ ਹੀ ਕਿਹਾ ਉਹ ਤਮਾਰ ਕੁਮਾਰ ਤਰਾਨੀ ਨੂੰ ਫੋਨ ਕੀਤਾ ਉਹਨਾਂ ਨੇ ਕਹਿੰਦਾ ਯਾਰ ਇਹਦੇ ਇਦਾਂ ਕਰਦਾ ਮੈਨੂੰ ਫੋਨ ਤੇ ਗੱਲ ਕੀਤੀ ਮੈਗਾ ਕ੍ਰਾਉਸਰ ਮੈਨੂੰ ਕੋ ਲੋਡ ਨਹੀਂ ਵੀਡੀਓ ਦੀ ਯਾਰ ਪੇ ਹੋਰ ਕਿਸੇ ਕਰ ਲਓ ਜਾਂ ਕਿੱਦਾਂ ਫਰਗੇਟ ਕਰ ਦਵਾਂ ਨਾ ਇਹ ਗੀਤ ਕਰਨ ਦੀ ਲੋੜ ਹੀ ਨਹੀਂ ਜਾਂ ਤੂੰ ਕਰਨਾ ਤਾਂ ਮੈਂ ਨਹੀਂ ਆਣਾ ਵਿੱਚ ਠੀਕ ਹੈ ਨਾ ਉਹ ਕਹਿੰਦੇ ਫਿਰ ਉਹ ਕਹਿੰਦਾ ਇਹਨੂੰ ਵਾਪਸ ਕਰ ਫੋਨ ਬਿਲਨ ਨੂੰ ਜਦੋਂ ਬਿਲਨ ਨੂੰ ਕੀਤਾ ਉਹ ਕਹਿੰਦਾ ਵੀ ਜਿੱਦਾਂ ਇਹ ਕਹਿੰਦਾ ਉਦਾਂ ਕਰ ਨਾ ਕਈ ਨਹੀਂ ਸੋਚਦਾ ਨਾ ਜੇ ਮੈਂ ਉਦਾਂ ਹੀ ਕਰ ਦਿੰਦਾ ਨਾ ਕਈ ਵਿਚਾਰੇ ਹੁਣ ਗਾਇਕ ਜਿਹੜੇ ਪੰਜਾਬ ਤੋਂ ਹਨ ਉਹ ਕਹਿੰਦੇ ਨਹੀਂ ਸੀਗੇ ਫੀਲ드 ਤੇ ਕਰਦੇ ਸੀਗੇ ਲੇਕਿਨ ਉਹਨਾਂ ਨੂੰ ਇਹ ਸੀਗਾ ਵੀ ਯਾਰ ਸਾਡੀ ਟੀਮ ਸਾਡੇ ਚਲੋ ਵਾਪਸ ਲੈ ਲੈਣਾ ਸੀਰੀ ਤੈਸੀਦ ਹੈ ਨਾ ਸੋ ਇਸ ਕਰਕੇ ਤੁਸੀਂ ਆਪਾ ਵੇਖਦੇ ਕਈ ਗੱਲ ਦੀ ਵੀਡੀਓ ਚੱਲੇ ਭਾਵੇਂ ਹੈਗੇ ਆ ਲੇਕਿਨ ਉਹ ਬਾਲਾ ਹੈ ਨਾ ਫੈਮਿਲੀ ਟਾਈਪ ਇਸ ਦਾ ਕੰਮ ਤੇ ਫੈਮਿਲੀ ਦਾ ਵੀ ਇੱਕ ਬਾਰਡਰ ਹੁੰਦਾ ਨਾ ਬਿਲਕੁਲ ਹੁੰਦਾ ਇੱਕ ਦੋ ਇੰਦਾਂ ਤੁਸੀਂ ਰੈਡ ਤੇ ਆਗੇ ਰੈਡ ਸਟੱਪ ਗਏ ਅੱਜਕੱਲ ਤਾਂ ਜਿਹੜੇ ਵੀਡੀਓਜ਼ ਨੇ ਉਹਨਾਂ ਦਾ ਹਾਲਾਤ ਐਸੇ ਨੇ ਬੰਦਾ ਕਹਿੰਦਾ ਇਹ ਪੱਕਾ ਗਾਣੇ ਦੀ ਉਹ ਵੀਡੀਓ ਕਿ ਮੈਂ ਕੋਈ ਲਾਈਕ ਉੱਚ ਕੋਟੀ ਦੀ ਹਾਲੀਵੁੱਡ ਫਿਲਮ ਦੇਖ ਰਿਹਾ ਇਹ 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 ਚਲਨ ਕਿਉਂ ਹੈ ਕਿ ਲਾਈਕ 뮤직 ਵੀਡੀਓ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਲਾਈਕ ਸਮਵੇਅਰ ਸਮਹਾਉ ਕਿ ਉਹਨਾਂ ਨੂੰ ਲੱਗਦਾ ਹੈ ਉਹਨਾਂ ਦਾ 뮤직 ਇੰਨਾ ਕੁ ਵੀਕ ਹੈਗਾ ਕਿ ਉਹਨਾਂ ਨੂੰ ਉਸ ਦਾ ਸਹਾਰਾ ਲੈਣ ਦੀ ਲੋੜ ਹੈ ਨਹੀਂ ਨਹੀਂ ਉਹ ਦੇਖਦੇ ਹੁਣ ਸਾਰਾ ਵੈਸਟਰਨਾਈਜ਼ ਹੋ ਗਿਆ ਨਾ ਇੰਗਲਿਸ਼ ਦੇਖੋ ਉਹ ਕੱਪੜੇ ਪਾਣ ਲੱਗੇ ਸਾਡੇ ਵਾਲੇ ਲਾਣ ਲੱਗੇ ਹਾਂ ਉਹ ਫਿਰ ਉਹੀ ਦੇਖਦੇ ਪਏ ਸੀ ਉਹ ਚੀਜ਼ ਕਰਦੇ ਆ ਤੇ ਉਹ ਚਲੋ ਬਦਾ ਮੈਨਾਂ ਵੀ ਫੁੱਲ ਵੈਸਟਰਨ ਜਾਣਾ ਹਾਲੇ ਕਿ ਉਹ ਉਹ ਸੋਬਰ ਹੋ ਗਏ ਕਾਫੀ ਹੋ ਤੁਹਾਨੂੰ ਫਿਲਮਾਂ ਚ ਉਹਨਾਂ ਦੇ ਕੋਈ ਐਸਾ ਨਹੀਂ ਹੁੰਦਾ ਜਿੱਥੇ ਰਿਕੁਆਇਰਮੈਂਟ ਹੈਗੀ ਹੁੰਦੀ ਹੈ ਉਹ ਵੈਰੀ ਪੈਰਲੀ ਹੋਗਾ ਤੇ ਬਾਕੀ ਚਲੋ ਜਿੱਦਾਂ ਕਿਸੇ ਦੀ ਮੈਂ ਤੁਹਾਨੂੰ ਅੱਗੇ ਵੀ ਦੱਸੇ ਕਿਸੇ ਦੀ ਖੁਸ਼ੀ ਆ ਉਹ ਕਰਨੀ ਚਾਹੀਦੀ ਦੁਨੀਆ ਦੇ ਸਭ ਨੂੰ ਹੱਕ ਆ ਤੇ ਆਪਣੀ ਖੁਸ਼ੀ ਦਾ ਜ਼ਾਹਰ ਕਰਨਾ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਇਸ ਵਕਤ ਲਾਈਕ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਚੰਗਾ ਕੰਮ ਕਰ ਰਹੇ ਨੇ ਕੌਣ ਹੈ ਆਰਟਿਸਟ ਜਿਹਦਾ ਕੰਮ ਤੁਹਾਨੂੰ ਚੰਗਾ ਲੱਗਦਾ ਹੈ ਕਿ ਹਾਂ ਯਾਰ ਏ ਨੇ ਜਿਨ੍ਹਾਂ ਨੇ 뮤זיਕ ਨੂੰ ਸੰਭਾਇਆ ਵੀ ਹੋਇਆ ਮੋਟੇ ਦੇਸੀ ਕਰੂ ਵਾਲੇ ਬਹੁਤ ਅੱਛਾ ਕੰਮ ਕਰ ਰਹੇ ਆ ਉਹ ਟ੍ਰੈਡੀਸ਼ਨਲ ਟੱਚ ਵੀ ਦਿੰਦੇ ਆ ਵੈਸਟਰਨ ਵੀ ਹੈ ਬਿਟੂ ਇਨ ਵੈਰੀ ਵੈਲ ਉਸ ਦੌਰ ਚੋਂ ਨਿਕਲ ਕੇ ਵੀ ਇਸ ਦੌਰ ਦੇ ਵਿੱਚ ਵੀ ਤੁਸੀਂ ਕਮਾਲ ਕਰੋਗੇ ਕਿਉਂਕਿ ਮੁੰਡਾ ਟਰਬਨ ਆ ਚੁੱਕਾ ਹੈ ਤੇ ਉਸ ਐਲਬਮ ਦੇ ਜਿਹੜੇ ਗੀਤ ਨੇ ਹੁਣ ਉਹ ਬੈਕ ਟੂ ਬੈਕ ਤੁਹਾਡੇ ਸਾਰਿਆਂ ਦੀ ਝੋਲੀ ਪੈਣਗੇ ਔਰ ਉਸ ਦੀ ਖਾਸੀਅਤ ਇਹ ਹੈ ਕਿ ਸਾਰੇ ਗਾਣੇ ਥੋੜੇ ਗੈਪ ਤੋਂ ਬਾਅਦ ਨਾਲ ਦੀਆਂ ਰਿਲੀਜ਼ ਕਰਨਗੇ ਨਾਲ ਵੀਡੀਓ Songਸ ਹੋਣਗੇ ਜੀ ਜੀ ਵੀਡੀਓਸ ਤੇ ਵਿਹਾਂ ਤੋਂ ਪਹਿਲਾਂ ਇਹਨਾਂ ਨੇ ਜਾਗੋ ਜਿਹੜੀ ਹੈਗੀ ਉਹ ਕਢਾ ਦੇਣੀ ਹਾਂ ਉਹ ਬਹੁਤ ਸੈਟ ਟਾਈਮਿੰਗ ਤੇ ਰਿਲੀਜ਼ ਹੋਣ ਦੇ ਹਨਾ ਗੀਤ ਹੁਣ ਜਿਸ ਤਰ੍ਹਾਂ ਆ 4 ਤਰੀਕ ਨੂੰ ਆਇਆ ਅਗਲਾ ਫਿਰ 18 ਤਰੀਕ ਨੂੰ ਆ ਰਿਹਾ ਜੀ ਜਾਗੋ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਅਗਲੇ ਵੀ ਨੰਬਰ ਹਾਂਜੀ ਲਾਈਨ ਅਪ ਕਰਦੇ ਰਹੋਗੇ ਹੈਨਾ ਬਿਲਕੁਲ ਤੇ ਬਾਕੀ ਚਲੋ ਪਬਲਿਕ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹਨਾ ਪੀਨੇ ਜਿਤੋਂ ਪਿਆਰ ਕਰ ਰਿਹਾ ਤੇ ਆਸ ਇਸ ਐਲਬਮ ਨੂੰ ਬਹੁਤ ਸਾਰੀ ਮਿਹਨਤ ਕੀਤੀ ਹੈ ਇਸ ਐਲਬਮ ਦੇ ਵਿੱਚ ਤੇ ਹਰੇਕ ਫਲੇਵਰ ਆ ਲੋਕ ਤਖਤ ਡਿਊਡ Song ਵੀ ਹੈ ਸੋ ਸਾਰਾ ਕੁਝ ਕਵਰ ਕੀਤੀ ਕੋਸ਼ਿਸ਼ ਤੇ ਵੀਡੀਓਜ਼ ਵੀ ਡਿਫਰੈਂਟ ਡਿਫਰੈਂਟ ਕੰਟਰੀਜ਼ ਟੋਰਾਂਟੋ ਅਮਰੀਕਾ ਹੈਨਾ ਯੂ ਐਸ ਆਈ ਪੰਜਾਬ ਦਾ ਚਲੋ ਹੈ ਸਾਰੇ ਪਾਸੇ ਸ਼ੂਰ ਕਿਤੇ ਡਿਫਰੈਂਟ ਕਿਆ ਬਾਤ ਹੈ ਯਾਨਕੀ ਵੱਖਰੇ ਜਿਹੜੇ ਰੰਗ ਸਾਨੂੰ ਦੇਖਣ ਨੂੰ ਮਿਲਣਗੇ ਲੇਕਿਨ ਮੈਂ ਤੁਹਾਡੇ ਨਾਲ ਬੈਠਾ ਹੋ ਮੈਂ ਸੋਹਣੇ ਲੱਗਦੇ ਨਾ ਸੁਣਾ ਉਹ ਮੈਨੂੰ ਲੈ ਲਗੋ ਮੈਂ ਅਧੂਰਾ ਜਾ ਚਲਾ ਗਿਆ ਥਾ ਸੁਣਾ ਦਿਓ ਥੋੜਾ ਜਾਂ ਹਮ ਤੇਰੇ ਬਾਰੇ ਬਿਜਨਾ ਤੀਰ ਗੁਨੇ ਸਰਦਸ ਤੇ ਫੇਰੇ ਤੀਰ ਗੁਨੇ ਤੂੰ ਸਾਡੀ ਇੱਕ ਤਕਦੀ ਤੇ ਤੇਰੀ ਅੱਖੀਆਂ ਵਿੱਚ ਵੀ ਤੀਰ ਗੁਨੇ ਸਾਨੀ ਸੋਹਣੀ ਬਨ ਜਾ ਹੀਰ ਗੁਨੇ ਸੰ ਤੇਰੇ ਨਾਲ ਹੋ ਗਏ ਆ ਪਿਆਰ ਜਦੋਂ ਅੱਖ ਮਟਕਾਵੇਂ ਸਾਨੂੰ ਸੋਹਣੀ ਲੱਗਦੀ ਨਹੀਂ ਜਦੋਂ ਗੁੱਤ ਨੂੰ ਘੁਮਾਵੇਂ ਧੰਨ ਸੋਹਣੀ ਲੱਗਦੀ ਇਹ ਜਿੰਨੀ ਤੇਜ਼ ਗਾਉਂਦੇ ਨੇ ਨਾ ਉਹਨੇ ਤੇ ਚੁਟਕੀ ਵੀ ਨਹੀਂ ਵੱਜੀ ਫਿਰ ਆਲੇ ਨਾ ਨਾ ਮਾਰੇ ਫਰੈਸ਼ਡ 뮤직 ਤੁਸੀਂ ਸੁਣ पाओगे ਮੁੰਡਾ ਟਰਬਨ ਵਾਲਾ ਐਲਬਮ ਦੇ ਵਿੱਚ ਵਾਸ ਦਾ ਫਰਸਟ ਗੀਟ ਜਿਹੜਾ ਆਇਆ ਆਲਰੇਡੀ ਰਿਲੀਜ਼ ਹੋ ਚੁੱਕਾ ਹੈ ਇਹਨਾਂ ਤੱਕ ਆਪਣੇ ਫੀਡਬੈਕ ਪਹੁੰਚਾਓ ਕਿਉਂਕਿ ਕਲਾਕਾਰ ਨੂੰ ਬੜਾ ਚੰਗਾ ਲੱਗਦਾ ਜਦੋਂ ਉਹਨਾਂ ਨੂੰ ਕੋਈ ਫੀਡਬੈਕ ਦਿੰਦਾ ਆ ਤੇ ਉਮੀਦ ਕਰਾਂਗੇ ਭਾਜੀ ਕਿ ਤੁਹਾਡੇ ਸਾਰੇ ਗੀਤਾਂ ਨੂੰ ਲੋਕ ਪ੍ਰਬਾਂ ਚੜਾਣ ਤੇ ਆਪਾਂ ਜਦ ਤੁਸੀਂ ਅਗਲੀ ਵਾਰ ਆਉਂ ਆਪਾਂ ਫੇਰ ਜੀ ਦੇ ਉਡ ਲਵ ਟੂ ਕਮ ਟੂ ਯੋਰ ਸਮ ਸ਼ੂਟ ਅਪਾ ਫਿਰ ਤੁਹਾਡਾ ਔਨ ਲੋਕੇਸ਼ਨ ਸ਼ੂਟ ਕਰਾਂਗੇ ਜਿਹੜੇ ਜਿੱਦਨ ਪੰਜਾਬ ਸ਼ੂਟ ਕਰ ਲੇਗੋ ਠੀਕ ਹੈ ਵੀ ਉਡ ਲਵ ਟੂ ਕਮ ਟੂ ਥੈਟ ਜਾਨ ਤੋਂ ਪਹਿਲਾ ਦਸ਼ਕਾ ਨੂੰ ਕੀ ਕਹਿਣਾ ਚਾਹੋ ਬਸ ਮੈਂ ਸਾਰਿਆਂ ਦਾ ਧੰਨਵਾਦੀਆਂ ਪਿਆਸ ਨਾਲ ਚੀਜ਼ ਮੇਰਾ ਪਿਆਰ ਤੁਸੀਂ ਦਿੱਤਾ ਤੇ ਦੇ ਰਿਹਾ ਤੇ ਤੁਹਾਡੀ ਸਾਰੀ ਟੀਮ ਦਾ ਤੇ ਜਰੂਰ ਤੁਸੀਂ ਜੇ ਨਹੀਂ ਵੇਖਿਆ ਗੀਤ ਮੁੰਡਾ ਟਰਬਨ ਵਾਲਾ ਤੇ ਇਹਨੂੰ ਜਰੂਰ ਸੁਣਿਓ ਬਹੁਤ ਮਿਹਨਤ ਕੀਤੀ ਹੈ ਤੁਸੀਂ ਪਸੰਦ ਕਰੋਗੇ ਤੇ ਮਾਲਕ ਸਾਹਿਬ ਦਾ ਪਤਾ ਕਰ ਥੈਂਕ ਯੂ ਸੋ ਮਚ ਪੜੀ ਫਿਲਹਾਲ ਐਸੀ ਜੀ ਸੁਖਸ਼ਿੰਦਰ ਸਿੰਘ ਜਿਨ੍ਹਾਂ ਦੇ ਗੀਤ ਅਸੀਂ ਸਾਲਾਂ ਦਰ ਸਾਲ ਸੁਣਨੇ ਤੇ ਹੁਣ ਨਵੀਂ ਐਲਬਮ ਮੁੰਡਾ ਟਰਬਨ ਵਾਲਾ ਦੇ ਗੀਤ ਬੈਕ ਟੂ ਬੈਕ ਰਿਲੀਜ਼ ਹੋਣਗੇ ਤੇ ਉਹਨਾਂ ਨੂੰ ਸੁਣੋ ਤੇ ਹੋਰ ਦੇਸ਼ ਨਾ ਹੀ तमाम ਖਬਰਾਂ سلسلہ এবੀਪੀ ਸੰਜ ਦੇ ਜਾਰੀ ਹੈ ਮੇਨੀ ਅਨਕੀ ਭਵਨੀਤ ਕੌਸ਼ਲਨ ਦਿਓ ਇਛਾਤ ਬਾਏ ਬਾਏ